ਪੰਜਾਬ ਦੇ ਨੌਜਵਾਨਾਂ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਜਿਵੇਂ ਕਿ ਡੈਰੀ ਫਾਰਮਿੰਗ, ਮੱਛੀ ਪਾਲਣਾ, ਸੂਰ ਪਾਲਣਾ ਆਦਿ ਸਹਾਇਕ ਧੰਦੇ ਵੀ ਕਰਨੇ ਚਾਹੀਦੇ ਨੇ ਕਿਉਂਕਿ ਇਸ ਨਾਲ ਕਾਫ਼ੀ ਲਾਭ ਮਿਲਦਾ ਹੈ। ਜੀ ਹਾਂ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਫਿਰੋਜ਼ਪੁਰ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਕੀਤਾ। ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਮੌਕੇ ਕੈਬਨਿਟ ਮੰਤਰੀ ਨੇ ਸਹਾਇਕ ਧੰਦਿਆਂ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਕਾਮਯਾਬ ਕਿਸਾਨਾਂ ਨੂੰ ਪ੍ਰਮਾਣ ਪੱਤਰ ਵੀ ਵੰਡ ਕੇ ਸਨਮਾਨਿਤ ਕੀਤਾ। ਉੱਥੇ ਤੰਦਰੁਸਤ ਪੰਜਾਬ ਦੀ ਜਿਹੜਾ ਸਾਡਾ ਮੀਟਿੰਗ ਰਿਵਿਊ ਮੀਟਿੰਗ ਸੀ ਉਹ ਮੈਂ ਅਟੈਂਡ ਕਰਕੇ ਆਇਆ ਅਤੇ ਉਹਦੇ ਵਿੱਚ ਬੜੇ ਅੱਛੇ ਸੁਝਾਅ ਸਾਰਿਆਂ ਦਿੱਤੇ ਔਰ ਬੜੇ ਅੱਛੇ ਮਾਹੌਲ 'ਚ ਮੀਟਿੰਗ ਹੋਈ ਹੈ ਅਤੇ ਸਾਰਾ ਬਕਾਇਦਾ ਜਿਹੜੇ ਸਾਡੇ ਜਿੰਨੇ ਵੀ ਡਿਪਾਰਟਮੈਂਟ ਨਾਲ ਟਾਸਕ ਦਿੱਤੇ ਗਏ ਨੇ ਕਿ ਪੰਜਾਬ 'ਚੋਂ ਆਪਾਂ ਤੰਦਰੁਸਤ ਪੰਜਾਬ ਕਿੱਦਾਂ ਕਰਨਾ ਹੈ, ਚਾਹੇ ਉਹ ਫੋਰੈਸਟ ਵਾਲੇ ਆ, ਹਾਰਟੀਕਲਚਰ ਵਾਲੇ ਆ, ਚਾਹੇ ਹੈਲਥ ਵਾਲੇ ਆ, ਚਾਹੇ ਪੰਚਾਇਤੀ ਰਾਜ ਵਾਲੇ ਆ, ਹਰ ਬੰਦੇ ਨੂੰ ਵੱਖਰੇ ਵੱਖਰੇ ਟਾਸਕ ਦਿੱਤਾ ਗਿਆ ਔਰ ਸਾਰਿਆਂ ਨੇ ਇਸ ਕਰਕੇ ਵੀ ਅਸੀਂ ਆਉਣ ਵਾਲੇ 3 ਮਹੀਨੇ 100 ਰਿਜ਼ਲਟ ਦਿਆ ਸਾਡੇ ਤੋਂ ਬੜਾ ਅੱਛਾ ਉਹਦੇ ਵਿੱਚ ਸਾਨੂੰ ਆਸ ਹੈ ਕਿ ਚੰਗੇ ਰਿਜ਼ਲਟ ਆਉਣ। ਦੂਸਰਾ ਉਸ ਤੋਂ ਬਾਅਦ ਕਿ ਮੇਰਾ ਜਿਹੜਾ ਪੋਰਟਫੋਲੀਓ ਪਸ਼ੂ ਪਾਲਣ ਅਤੇ ਡੇਅਰੀ ਫਾਰਮ, ਮੱਛੀ ਫਾਰਮ, ਮੱਛੀ ਪਾਲਣ ਅਤੇ ਪਲੱਸ ਲੇਬਰ, ਉਹਨਾਂ ਸਾਰੇ ਡਿਪਾਰਟਮੈਂਟ ਦਾ ਜਿਹੜੀਆਂ ਸਮੱਸਿਆਵਾਂ ਨੇ ਪਲੱਸ ਇਸ ਡਿਪਾਰਟਮੈਂਟ ਨੂੰ ਕਿਵੇਂ ਪ੍ਰਮੋਟ ਕਰਨਾ ਹੈ, ਅੱਜ ਕਿਸਾਨੀ ਕਿਸ ਜਾਂ ਖੁਦਕਸ਼ ਦੀ ਰਾਹ ਤੁਰੀ ਹੋਈ ਆ ਉਹਨੂੰ ਕਿਵੇਂ ਵਾਪਸ ਮੋੜਨਾ ਹੈ ਜਾਂ ਉਹਦੀ ਜਿਹੜੀ ਇਨਪੁਟ ਕਿਵੇਂ ਵਾਧਾ ਕਰਨਾ ਹੈ, ਉਹਦੇ ਤਹਿਤ ਮੈਂ ਜੋ 10-12 ਦਿਨ ਪਹਿਲਾਂ ਆਇਆ ਸੀ ਤਾਂ ਮੈਂ ਉੱਥੇ ਕਾਫੀ ਲੋਕਾਂ ਨੇ ਮੈਨੂੰ ਕਿਹਾ ਸਾਡੇ ਕੋਲ ਟ੍ਰੇਨਿੰਗ ਕਰਵਾਓ ਤਾਂ ਕੱਲ੍ਹ ਉੱਥੇ 192 ਬੰਦਿਆਂ ਨੂੰ ਸਰਟੀਫਿਕੇਟ ਦਿੱਤੇ। ਅੱਜ ਵੀ ਕੋਈ 100 ਦੇ ਕਰੀਬ ਜਿਹੜੇ ਬੱਚੇ ਇੱਥੇ ਜਿਹੜੇ ਟ੍ਰੇਨਿੰਗ ਵਾਸਤੇ ਆਏ ਨੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਗਏ ਔਰ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਪੈਰਲੇ ਵੀ ਕਰ ਜਿਸਾ ਬੈਠੇ ਨੇ ਇਹਨਾਂ ਨੂੰ ਮੈਂ ਕਿਹਾ ਸਾਡੇ ਮਹਿਕਮੇ ਵੱਲੋਂ ਵੀ ਪੂਰੀ ਕਿ ਬਹੁਤ ਸਕਸੈਸਫੁਲ ਜਿਹੜੇ ਫਾਰਮ ਚੱਲ ਰਹੇ ਨੇ ਉਹਨਾਂ ਤੋਂ ਸਾਨੂੰ ਕੁਝ ਸਿੱਖਣ ਦੀ ਲੋੜ ਹੈ। ਸਾਡੇ ਬਹੁਤ ਸਾਰੇ ਫਾਰਮ ਇੱਥੇ ਆਏ ਨੇ ਜਿਹੜੇ ਬੜੇ ਤਕੜੇ ਸਫਲਤਾਪੂਰਵਕ ਆਪਣੇ ਫਾਰਮ ਚਲਾ ਰਹੇ ਨੇ ਪਰ ਅੱਛਾ ਮੁਨਾਫਾ ਕਮਾ ਰਹੇ ਨੇ ਅਤੇ ਅਸੀਂ ਜਿਹੜੇ ਨੌਜਵਾਨ ਅਨਪਲੋਇਮੈਂਟ ਜਿਹੜੀ ਹੈਗੀ ਆ ਉਹਨੂੰ ਚਾਹੇ ਅਸੀਂ ਸਾਰਾ ਸਰਕਾਰੀ ਨੌਕਰੀ ਨਹੀਂ ਦੇ ਸਕਦੇ ਪਰ ਅਸੀਂ ਇਸ ਚੀਜ਼ ਦਾ ਰੁਜ਼ਗਾਰ ਹਰ ਘੱਟ ਪਹੁੰਚਾ ਸਕਦੇ ਹਾਂ। ਉਹ ਇੱਕ ਬੜਾ ਅੱਛਾ ਇਹ ਇੱਕ ਇਸ ਸਮੇਂ ਦੇ ਮੁਤਾਬਕ ਜਿਹੜਾ ਇਹ ਕੰਮ ਹੈਗਾ ਅਤੇ ਇਹਦੇ ਲਈ ਲੋਕ ਕਾਫੀ ਪ੍ਰਪੇਅਰ ਨੇ।